पंचायती चोणों तो पहला जिहड़े सरपंची दे उम्मीदवार तुहाडे कोल आ के तुहानू ये कहिंदे सन कि उह पिंड दा विकास करवाउणगे अते पिंड विचों तड़ेबंदी खत्म करके आपसी भाईचारे नूं कायम करनगे। अजिहे लोकां दीआं हुण अजिहीआं गुंडागर्दी दीआं खबरां सामने आ रहीआं ने कि इह लोक पिंड दा सरपंच तक ही पिंड विच किसे जथेबंदी दा प्रधान बनण दे लायक वी नहीं ने। हुण मामला बरनाला तों सामने आया जिथे एक अकाली सरपंच नाल इन्नी ज़्यादा बुरी तरह कुटमार की गई है कि उस दीआं लत्तां तक तोड़ दित्तीआं गईआं। मामला बरनाला दे पिंड सुखपुरा दा जिथों दे नवें बने सरपंच गुरदेव सिंह नूं बुरी तरह नाल कुट्टिआ गया। पत्रकारां ने जद सरपंच गुरदेव सिंह दे परिवार नाल गलबात कीती तां उन्हां दे भरा ते पोते गुरप्रीत सिंह ने दस्सिआ कि सरपंच गुरदेव सिंह जद पिंड च किसी मर्ग वाले घर फुल चुगा वापस घर आ रहे सन तां पिंड दी सहकारी सभा दे अगे कुछ नौजवानों ने मारू हथियारां नाल लैस हो के घेरा पा के उन्हां नूं बुरी तरह कुट्टिआ अते उन्हां दीआं दोवें लत्तां तोड़ दित्तीआं गईआं। घटना नूं अंजाम दे के दोषी फरार हो गए। जख्मी हालत विच सरपंच गुरदेव सिंह नूं बरनाला दे हस्पताल च दाखिल करवाया गया। मेरा नाम गुरप्रीत सिंह है। अच्छा, जिहड़े सरपंच साहब ते हमला होया तुसीं की लगदे उहनां ते? ओ मेरे दादा जी ने। अच्छा, की गल की हुई है, तुहानूं की पता लग्गिआ? सानूं पिंड चों खबर आई सीगी, असीं उस वक्त घरे सीगे ते सानूं कहिंदे वी तुहाडे दादा जी दे सट्टां वज्जीआं ने ते उहनां दी लत्त वगैरह टुट गई है ते जिहड़े एंटी पार्टी दे बंदे सीगे उहनां दे जसवंत सिंह उहनां दे पुत्तर ने कम कीता है ते जो सानूं पिंड चों खबर मिली ते फिर असीं उत्थे चले गए। ये कम अपनी सोसायटी दे कोल है, सरकारी सोसायटी जिहड़ी पिंड दे विचों विच बणी हुई है। ਕਿਵੇਂ ਹਾਲਤ ਕਿਵੇਂ ਉਹਨਾਂ ਦੀ ਹੁਣ? ਹਾਲਤ ਉਹਨਾਂ ਦੀ ਹੁਣ ਠੀਕ ਹੈਗੇ, ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਕਰਵਾਇਆ ਗਿਆ। ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਅਤੇ ਜੋ ਸਾਡੇ ਨਾਲ ਧੱਕਾ ਹੋਇਆ ਉਹਦਾ ਸਾਨੂੰ ਪੂਰਾ ਹੱਲ ਹੋਵੇ। ਕੀ ਪਹਿਲਾਂ ਵੀ ਇਹਨਾਂ ਨੇ ਕੋਈ ਧਮਕੀਆਂ ਵਗੈਰਾ ਤੁਹਾਨੂੰ ਦਿੱਤੀਆਂ ਗਈਆਂ ਕੋਈ? ਹਾਂਜੀ, ਪਹਿਲਾਂ ਇਹਨਾਂ ਨੇ ਫੋਨ 'ਤੇ ਰਿਕਾਰਡਿੰਗਾਂ ਪਾਈਆਂ ਹੋਈਆਂ ਸੀਗੀਆਂ ਅਤੇ ਜੋ ਪਿੰਡ ਦਾ ਗਰੁੱਪ ਬਣਿਆ ਹੋਇਆ ਸੀ ਉਹਦੇ ਵਿੱਚ। ਇਸ ਸੰਬੰਧੀ SHO ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵੋਟਾਂ ਦੇ ਸੰਬੰਧ 'ਚ ਦੋਹਾਂ ਪਾਰਟੀਆਂ ਦਾ ਆਪਸ ਵਿੱਚ ਤਕਰਾਰ ਹੋ ਚੁੱਕਿਆ ਅਤੇ ਹੁਣ ਜੋ ਜਾਣਕਾਰੀ ਮਿਲੀ ਹੈ ਕਿ ਜਸਵੰਤ ਸਿੰਘ ਦੇ ਲੜਕੇ ਸੁਖਦੀਪ ਸਿੰਘ ਉਰਫ ਵਿੱਕੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸਰਪੰਚ ਗੁਰਦੇਵ ਸਿੰਘ ਦੇ ਸੱਟਾਂ ਮਾਰੀਆਂ। ਉਹਨਾਂ ਨੇ ਆਖਿਆ ਕਿ ਡਾਕਟਰੀ ਰਿਪੋਰਟਾਂ ਆਉਣ ਉਪਰੰਤ ਥਾਣਾ ਸ਼ਹਿਣਾ ਵਿਖੇ ਮਾਮਲਾ ਦਰਜ ਕਰ ਲਿਆ ਜਾਵੇਗਾ ਅਤੇ ਹਮਲਾਵਰਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਇਹਨਾਂ ਜੀ ਇਸ ਤਰ੍ਹਾਂ ਸੀ, ਸੁਖਪੁਰੇ ਤੋਂ ਪਿੰਡ ਤੋਂ ਸਰਪੰਚ ਜਿੱਤੇ ਸਰਾ ਗੁਰਦੇਵ ਸਿੰਘ, ਸਨ ਆਫ ਸਰਦਾਰ ਸੰਤਾ ਸਿੰਘ। ਥੋੜ੍ਹੇ ਦਿਨ ਪਹਿਲਾਂ ਮਤਲਬ ਕਿ ਬੂਥ ਦੇ ਉੱਤੇ ਵੀ ਜਿਹੜੀ ਹੈ ਬੈਲਟ ਵਗੈਰਾ ਬੈਲਟ ਪੇਪਰ ਵਗੈਰਾ ਪਾੜਤੇ ਸੀ। ਦੂਸਰੀ ਪਾਰਟੀ ਸੀ ਜਸਵੰਤ ਸਿੰਘ ਨਾਂ ਦਾ ਬੰਦਾ, ਉਹ ਸੀਗਾ ਵਿਰੋਧੀ ਪਾਰਟੀ ਵੱਲੋਂ ਇਹਨਾਂ ਦੇ ਖੜਾ ਸੀਗਾ ਸਰਪੰਚੀ ਦੇ ਇਲੈਕਸ਼ਨ 'ਚ। ਹੁਣ ਉਹਨਾਂ ਨੇ ਕੀ ਕੀਤਾ ਕਿ ਅੱਜ ਇਹਦੇ ਲੜਕੇ ਨੇ ਝਗੜਾ ਕੀਤਾ ਜਿਹਦੇ 'ਚ ਇਹਨਾਂ ਨੂੰ ਸੱਟਾਂ ਮਾਰੀਆਂ ਸਰਾ ਗੁਰਦੇਵ ਸਿੰਘ ਨੂੰ। ਅਤੇ ਇਹਦੇ 'ਚ ਜਿਹੜੀ ਆ ਇਨਫੋਰਮੇਸ਼ਨ ਸਾਨੂੰ ਮਿਲ ਚੁੱਕੀ ਆ, ਪਰ ਉਹਦੇ ਵਿੱਚ ਜਿਹੜੀ ਹੁੰਦੀ ਆ ਇਹਨਾਂ ਤੋਂ ਮੈਡੀਕਲ MLRs ਵਗੈਰਾ ਜਿਹੜੀਆਂ ਹੋਣੀਆਂ ਹੁੰਦੀਆਂ, ਉਹ ਡਾਕਟਰੀ ਟ੍ਰੀਟਮੈਂਟ ਹੁੰਦਾ, ਜਿਹਦੀਆਂ ਕੰਪਲੀਟ ਹੋ ਗਿਆ ਫਿਰ ਅਸੀਂ ਜਿਹੜੀ ਇਹਦੀ ਸਟੇਟਮੈਂਟ ਲੈ ਕੇ ਜੋ ਜਿਹੜੇ ਬੰਦਿਆਂ ਦੇ ਨਾਮ ਦੇਣਗੇ ਉਹ। ਪਰ ਜਿਹੜੀ ਹੈਗੀ ਆ ਵੈਸੇ ਜਿਹੜੀ ਇਨਫੋਰਮੇਸ਼ਨ ਜਨਰਲ ਤੌਰ 'ਤੇ ਨਿਕਲ ਕੇ ਆਈ ਆ, ਇਹ ਸੁਖਦੀਪ ਵਿੱਕੀ ਨਾਂ ਦਾ ਲੜਕਾ ਜਸਵੰਤ ਸਿੰਘ ਦਾ, ਜਿਹਨੇ ਮਤਲਬ ਕਿ ਆਪਣੇ ਹੋਰ 7-8 ਸਾਥੀਆਂ ਨਾਲ ਜਿਹੜੀ ਇਹਨਾਂ ਨਾਲ ਝਗੜਾ ਕਰਕੇ ਸੱਟਾਂ ਮਾਰੀਆਂ। ਕੀ ਸਰ ਇਸ ਤੋਂ ਪਹਿਲਾਂ ਵੀ ਕੋਈ ਇਹਨਾਂ ਦਾ ਵਿਵਾਦ ਚੱਲਦਾ ਹੁੰਦਾ ਜੀ? ਵਿਵਾਦ ਤਾਂ ਜੀ ਇਸ ਤਰ੍ਹਾਂ ਜਦੋਂ ਸਰਪੰਚੀ ਦੇ ਵਿੱਚ ਦੋਨੇ ਆਪਸ ਦੇ ਵਿੱਚ ਸੀਗੇ ਖੜ੍ਹੇ ਸੀਗੇ ਤਾਂ ਫਿਰ ਉਹ ਜਿੱਤ ਹਾਰ ਦੇ ਚੱਕਰ 'ਚ ਇਹਨਾਂ ਨੇ ਉਹ ਉਸ ਦਿਨ ਜਿਹੜੀ ਆ ਬੈਲਟ ਪੇਪਰ ਜਸਵੰਤ ਸਿੰਘ ਨੇ ਪਾੜੇ ਜਿਹਦੇ 'ਤੇ ਕੇਸ ਰਜਿਸਟਰ ਕੀਤਾ ਸੀਗਾ ਅਸੀਂ, ਅਤੇ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈਗਾ, ਦੋ ਬੰਦੇ ਉਹਦੇ ਨਾਲ ਆ ਜੀ। ਇਹ ਵੀ ਜਾਣਕਾਰੀ ਹੈ ਕਿ ਅਕਾਲੀ ਪਾਰਟੀ ਨਾਲ ਸੰਬੰਧਿਤ ਰਹਿ ਚੁੱਕੇ ਪਿੰਡ ਸੁਖਪੁਰਾ ਦੇ ਗੁਰਦੇਵ ਸਿੰਘ ਮਾਨ ਨੇ ਇਸ ਵਾਰ ਜਦੋਂ ਸਰਪੰਚੀ ਚੋਣਾਂ 'ਚ ਭਾਗ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਸ ਵੇਲੇ ਵੋਟਾਂ ਦੀ ਗਿਣਤੀ ਵਾਲੇ ਦਿਨ ਹੀ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸਰਪੰਚ ਦੀ ਚੋਣ ਹਾਰ ਜਾਣ ਵਾਲੇ ਜਸਵੰਤ ਸਿੰਘ ਨੇ ਆਪਦੇ ਪੋਲਿੰਗ ਏਜੰਟਾਂ ਬਲਵਿੰਦਰ ਸਿੰਘ ਅਤੇ ਗੁਰਤੇਜ ਸਿੰਘ ਨਾਲ ਮਿਲ ਕੇ ਵੋਟਾਂ ਸੀਲ ਕਰਦੇ ਸਮੇਂ 102 ਬੈਲਟ ਪੇਪਰ ਵੀ ਪਾੜ ਦਿੱਤੇ ਸਨ, ਜਿਸ ਦੇ ਸੰਬੰਧ ਵਿੱਚ ਮੌਜੂਦ ਚੋਣ ਅਧਿਕਾਰੀ ਮਾਸਟਰ ਬਲਵੀਰ ਸਿੰਘ ਦੀ ਸ਼ਿਕਾਇਤ 'ਤੇ ਜਸਵੰਤ ਸਿੰਘ, ਬਲਵਿੰਦਰ ਸਿੰਘ ਅਤੇ ਗੁਰਤੇਜ ਸਿੰਘ 'ਤੇ ਥਾਣਾ ਸ਼ਹਿਣਾ ਵਿਖੇ ਧਾਰਾ 353, 186, 379 ਵੀ ਦੇ ਤਹਿਤ ਮੁਕੱਦਮਾ ਵੀ ਦਰਜ ਕੀਤਾ ਜਾ ਚੁੱਕਾ ਹੈ ਅਤੇ ਇਹਨਾਂ ਦੀ ਗ੍ਰਿਫਤਾਰੀ ਪਾ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਸੋ ਹੋ ਸਕਦਾ ਹੈ ਕਿ ਉਸੇ ਰੰਜਿਸ਼ ਦੇ ਕਾਰਨ ਇਹ ਹਮਲਾ ਕਰਵਾਇਆ ਗਿਆ ਹੋਵੇ। ਸੋ ਜੇਕਰ ਇਹ ਹਮਲਾ ਉਸੇ ਰੰਜਿਸ਼ ਕਾਰਨ ਹੋਇਆ ਹੋਵੇਗਾ ਤਾਂ ਤੁਸੀਂ ਅਜਿਹੇ ਲੋਕਾਂ ਤੋਂ ਕੀ ਉਮੀਦ ਕਰ ਸਕੋਗੇ? ਇਹ ਉਹੀ ਮਾੜੇ ਲੋਕ ਨੇ ਜਿਹੜੇ ਕਿ ਪਿੰਡ ਦਾ ਵਿਕਾਸ ਕਰਨ ਅਤੇ ਧੜੇਬੰਦੀ ਨੂੰ ਖਤਮ ਕਰਨ ਦੀ ਗੱਲ ਆਖਦੇ ਨੇ। ਅਜਿਹੇ ਲੋਕਾਂ ਦੀ ਜਗ੍ਹਾ ਕੁਰਸੀ ਨਹੀਂ ਬਲਕਿ ਜੇਲ੍ਹ ਦੀਆਂ ਸਲਾਖਾਂ ਹੋਣੀਆਂ ਚਾਹੀਦੀਆਂ ਨੇ।
फिलहाल इस मामले विच केड़े लोग दोषी निकलते हैं ते उन्हां ते पुलिस वालों की कार्रवाई की जाती है ये वेखना लाजमी रहेगा। बरनाला तो साहिब संधु दे नाल राजेश कुमार पंजाबी लोक चैनल।